ਕਰੋੜ ਤੋਂ ਤਿੰਨਾਂ ਸੀਜ਼ਨਾਂ ਦਾ ਜੋ ਪਿਛਲੀ ਲੇਟ ਪੇਮੈਂਟ ਦਾ ਵਿਆਜ ਹੈ 45 ਕਰੋੜ ਰੁਪਇਆ, ਉਹ ਵੀ ਆਪਾਂ ਵਿਆਹ ਸਾਹਿਬ ਦੇ ਤੋਂ ਗੱਲਾਂ ਚੱਲ ਰਹੀਆਂ ਨੇ। ਉਹ ਇੱਕ ਗੱਲ ਮੈਂ ਵੀ ਦੱਸਣੀ ਚਾਹੁੰਦਾ ਕਿ ਜਦੋਂ ਇਹਨਾਂ ਦੀ ਟੀਮ ਇੱਥੇ ਪਹੁੰਚੀ ਹੈ, ਬਾਕੀ ਸਾਰੀਆਂ ਗੱਲਾਂ ਦੱਸੀਆਂ ਗਈਆਂ। ਉਹ ਜਨਾਲਾ ਮਿਲ ਇੱਥੋਂ 100 ਕਿਲੋਮੀਟਰ ਪਿੱਛੇ ਹੈ ਜੀ, ਉੱਥੋਂ ਜਿੰਨਾ ਜੰਮੂ ਦਾ ਕਿਰਾਇਆ ਬਣਦਾ ਉਹਦੇ ਨਾਲ ਇੱਥੇ ਜਿਹੜਾ ਸੁਰਿੰਦਰਪਾਲ ਜੀ ਐਮ ਰਹਿ ਕੇ ਗਿਆ, ਉਹਨੇ 10 ਰੁਪਏ ਉਹਨਾਂ ਨੂੰ 2 ਸਾਲਾਂ ਚ ਘਾਟਾ ਕੀਤਾ। ਇਹ 36 ਸੀਜ਼ਨ ਮਿਲ ਚੱਲੀ ਸੀ, 37 ਸਾਲ ਦੇ ਵਿੱਚ 30 ਕਰੋੜ ਦੇ ਘਾਟੇ ਚ ਜਾਂਦੀ ਹੈ। ਤੇ ਜਦੋਂ ਇਹ ਮੈਡਮ ਅਰੁਣਾ ਚੌਧਰੀ ਜੀ ਨੇ 8.80 ਉਹਦੇ ਅਨੁਸਾਰ ਜਿੰਨੀ ਖੰਡ ਚਾਹੀਦੀ ਸੀ 7383 ਮਿਲ ਜਾਂਦਾ ਜਾਂ ਮਿਲ ਮੈਰੀ ਮਿਲ ਜਾਂਦੀ ਹੈ। ਵਿਆਹ ਸਾਹਿਬ ਮੈਂ ਇੱਕ ਗੱਲ ਦੱਸਾਂ ਕਿ ਇਹਨਾਂ ਨੇ ਜਿਹਨੂੰ 3300 ਰੁਪਏ ਦੇ ਹਿਸਾਬ ਨਾਲ ਖੰਡ ਵੇਚ ਕੇ 2,40,70,000 ਦੇ ਕਰੀਬ ਚੂਨਾ ਵੀ ਲਾ ਦਿੱਤਾ। ਜਦੋਂ ਉਹਨੇ ਪਾਈਪਾਂ ਲੀਕ ਦੱਸ ਕੇ ਗਏ ਆ ਕਾਬਲ ਦੇ ਜੰਮਿਆਂ ਨੂੰ ਨਿੱਤ ਮਿਹਰਬਾਨ, ਤੁਹਾਡੇ ਮੈਂ ਇਸ ਸਿਰੜ ਅੱਗੇ ਸ਼ਰਧਾ ਨਾਲ ਸਿਰ ਨੀਵਾਂ ਕਰਦਾ। ਇੱਕ ਸੋ ਕਾਲਡ ਕਹਿ ਲਈਏ ਵੀ ਕੋਈ ਕਰਜ਼ਾ ਮਾਫੀ ਲਈ ਬੈਠੇ ਆ, ਕੋਈ ਸਬਸਿਡੀ ਲਈ ਬੈਠੇ ਆ ਜਾਂ ਵਿਆਜ ਮਾਫੀ ਲਈ ਬੈਠੇ ਆ, ਆਪਣੀ ਉਹ ਮੰਗ ਨਹੀਂ ਹੈਗੀ। ਆਪਣੀ ਮੰਗ ਤ੍ਰਾਸਦੀ ਹੈ ਵਾਸਤੇ ਮੀਂਹ ਧੁੱਪ ਝੱਖੜ ਤੂਫਾਨ ਕੇਨ ਗਰੋਅਰ ਫਾਰਮਰਸ ਹੈਗੇ ਆ, ਗੰਨਾ ਉਤਪਾਦਕ ਕਿਸਾਨ, ਉਹਨਾਂ ਦਾ ਧਰਨਾ। ਇਹ ਧਰਨਾ ਕੋਈ ਕਰਜ਼ਾ ਮਾਫੀ ਵਾਸਤੇ ਨਹੀਂ, ਕੋਈ ਵਿਆਜ ਮਾਫੀ ਵਾਸਤੇ ਨਹੀਂ, ਕੋਈ ਸਬਸਿਡੀ ਵਧਾਉਣ ਵਾਸਤੇ ਨਹੀਂ। ਇਹ ਧਰਨਾ ਇਸ ਕਰਕੇ ਆ ਜਿਹੜੀ ਆਪਣੀ ਵੇਚੀ ਹੋਈ ਜਿਣਸ ਆ ਉਹਦੀ ਕੀਮਤ ਲੈਣ ਵਾਸਤੇ। ਅਤੇ ਮਾਨਯੋਗ ਹਾਈਕੋਰਟ ਦੇ ਉਹ ਹੁਕਮ ਜਿਹੜੇ 14 ਦਿਨ ਤੋਂ ਬਾਅਦ ਲੇਟ ਪੇਮੈਂਟ ਕਾਰਨ ਇੰਟਰਸਟ ਵਿਆਜ ਨਾ ਵੇਚੀ ਹੋਈ ਜਿਣਸ ਦੀ ਸਰਕਾਰ ਪ੍ਰਾਈਵੇਟ ਤੋਂ ਨਾ ਕੋਪਰੇਟਿਵ ਤੋਂ ਨਾ ਇਹਨਾਂ ਨੂੰ ਉਹ ਪੈਸੇ ਦਵਾ ਰਹੀ ਆ, ਵਿਆਜ ਤਾਂ ਦੇਣਾ ਬੜੀ ਦੂਰ ਦੀ ਗੱਲ ਆ। ਮੇਰੇ ਕੋਲ ਕੇਨ ਕਮਿਸ਼ਨਰ ਆਫਿਸ ਦੀ ਰਿਪੋਰਟ ਆ ਜਿਹੜੀ 11/2 ਮਤਲਬ ਕਿ ਆਹੀ ਮਹੀਨੇ ਦੀ 11 ਤਰੀਕ ਦੀ ਰਿਪੋਰਟ ਆ, ਜਿਹਦੇ ਵਿੱਚ ਪੰਜਾਬ ਦੀਆਂ 8 ਮਿੱਲਾਂ ਵੱਲ ਕਿਸਾਨਾਂ ਦਾ 180 ਕਰੋੜ ਰੁਪਈਆ ਬਕਾਇਆ ਹੈਗਾ। ਇਹ ਮੈਂ ਤਿਆਰ ਨਹੀਂ ਕੀਤੀ, ਇਹ ਕੇਨ ਕਮਿਸ਼ਨਰ ਆਫਿਸ ਚੰਡੀਗੜ੍ਹ ਦੀ ਰਿਪੋਰਟ ਆ। ਹੁਣ 180 ਕਰੋੜ ਉਦੋਂ ਅੱਗੇ ਆ ਜਾਓ ਜਿਹੜਾ ਮਾਨਯੋਗ ਹਾਈਕੋਰਟ ਦੇ ਹੁਕਮਾਂ ਤਹਿਤ ਵਿਆਜ, ਮੇਰਾ ਖਿਆਲ ਉਹ ਵੀ 60 ਕਰੋੜ ਰੁਪਈਏ ਦੇ ਕਰੀਬ ਵਿਆਜ ਬਣਦਾ, ਅਤੇ ਕਿਸਾਨ ਕਿੱਥੇ ਜਾਏਗਾ? ਸਾਡੇ ਦੇਸ਼ ਦੀ ਰੀੜ੍ਹ ਦੀ ਹੱਡੀ ਆ। ਮੋਦੀ ਸਾਹਿਬ 2014 'ਚ ਆਉਂਦੇ ਆ, ਸਵਾਮੀਨਾਥਨ ਕਮਿਸ਼ਨ ਰਿਪੋਰਟ, ਗੱਪਾਂ ਮਾਰੀਆਂ ਇਹਨਾਂ ਦੀਆਂ ਵੋਟਾਂ ਲਈਆਂ, ਮੁੜ ਕੇ ਸਵਾਮੀਨਾਥਨ ਕਮਿਸ਼ਨ ਰਿਪੋਰਟ ਕਿੱਥੇ? ਅੱਜ MSP ਆ ਗਈ, ਮਤਲਬ ਕਿ ਕਿਸਾਨ ਦੀ ਕਮਰ ਤੋੜਨ ਵਾਸਤੇ ਨਿੱਤ ਨਵੇਂ ਤੋਂ ਨਵਾਂ ਐਂਡ ਕਾਰਪੋਰੇਟ ਅਦਾਰਿਆਂ ਨੂੰ, ਕਾਰਪੋਰੇਟ ਘਰਾਣਿਆਂ ਨੂੰ, ਪਰਿਵਾਰਾਂ ਨੂੰ ਲੱਖਾਂ ਕਰੋੜ ਰੁਪਈਏ ਦੇ ਕਰਜ਼ਿਆਂ ਦੇ ਉੱਤੇ ਲਕੀਰ ਫੇਰੀ ਜਾ ਸਕਦੀ ਹੈ। ਐਂਡ ਇਕੱਲੇ ਪੰਜਾਬ ਦੇ ਕਿਸਾਨ ਨਹੀਂ, ਪੂਰੇ ਦੇਸ਼ ਦੇ ਕਿਸਾਨ ਦੇ ਅੱਜ ਹਾਲਾਤ ਕੈਸੇ ਬਣੇ ਹੋਏ ਆ। ਜੇ ਕਾਰਪੋਰੇਟ ਘਰਾਣਿਆਂ ਤੋਂ ਤੁਸੀਂ ਵੱਡੇ ਚੰਦੇ ਲੈਂਦੇ ਹੋ, ਮੰਨ ਲਿਆ ਇੱਕ ਵਾਰੀ ਮਾਫ਼ ਕਰਤਾ, ਇੱਕ ਵਾਰੀ ਕਿਸਾਨਾਂ ਦਾ ਕਰਦੇ। ਕਿਸਾਨ ਸਾਡਾ ਪੂਰੇ ਦੇਸ਼ ਅੰਦਰ ਖੁਦਕੁਸ਼ੀਆਂ ਦੇ ਰਸਤੇ 'ਤੇ ਪਿਆ। ਸੋ ਮੈਂ ਇਹਨਾਂ ਸਾਰੇ ਦੋਸਤਾਂ ਨੂੰ, ਕਿਸਾਨ ਵੀਰਾਂ ਨੂੰ ਯਕੀਨ ਦਿਵਾਉਣਾ, ਜਿੰਨੀਆਂ ਮੈਂ ਇਹਨਾਂ ਦੇ ਕੋਲੋਂ ਸਪੋਰਟਿੰਗ ਡਾਕੂਮੈਂਟਸ ਲੈ ਕੇ ਚੱਲਿਆ, ਕਿਉਂਕਿ ਪੰਜਾਬ ਵਿਧਾਨ ਸਭਾ ਦਾ ਸੈਸ਼ਨ 4 ਮਾਰਚ ਤੱਕ ਚੱਲਣਾ। ਸੋ ਮੈਂ ਇੱਕ ਦਿਨ ਅਡਜਰਨਮੈਂਟ ਮੋਸ਼ਨ ਮੂਵ ਕਰੂੰਗਾ ਤਾਂ ਜੋ ਇਹ ਸੁੱਤੀ ਹੋਈ ਸਰਕਾਰ ਨੂੰ ਜਗਾਵਾਂ। ਐਂਡ ਉੱਥੇ ਸਰਕਾਰ ਇਨਸ਼ੋਰ ਕੀ ਕਰਦੀ ਹੈ, ਉਹ ਸਾਰੀ ਲਿਖਤ ਰੂਪ ਦੇ ਵਿੱਚ ਜਿਹੜੀ ਮੈਨੂੰ ਜਾਣਕਾਰੀ ਆਉਣੀ ਹੈ। ਮੈਂ ਇਹ ਕਿਸਾਨ ਜਥੇਬੰਦੀਆਂ ਨੂੰ, ਸਿਰਸਾ ਸਾਹਿਬ ਇਹਨਾਂ ਦੇ ਬੜੇ ਜੂਝਣ ਵਾਲੇ ਜੁਝਾਰੂ ਸਾਥੀ ਹੈਗੇ, ਇਹਨਾਂ ਨੂੰ ਦਊਂਗਾ
ਤਾਂ ਜੋ ਹਾਈ ਕੋਰਟ ਦੇ ਵਿੱਚ ਸਾਡੇ ਕੋਲ ਚੰਗੇ ਠੋਸ ਦਸਤਾਵੇਜ਼ ਹੋ ਜਾਣਗੇ। ਸੋ ਮੈਂ ਯਕੀਨ ਦਿਵਾਉਣ ਵਾਸਤੇ ਆਇਆ ਕਿ ਤੁਹਾਡੀ ਹਰ ਮੁਸ਼ਕਲ ਦੇ ਵਿੱਚ ਜਿੱਥੇ ਤੁਸੀਂ ਹਾਕ ਮਾਰੋਗੇ ਅਸੀਂ ਇਹਨਾਂ ਦਾ। ਅੱਜ ਜੋ ਸਾਡਾ ਪਹਿਲਾਂ ਧਰਨਾ ਚੱਲ ਰਿਹਾ 12ਵੇਂ ਦਿਨ 'ਚ ਧਰਨਾ, ਸੋ ਇੱਥੇ ਬਿਆਨ ਸਾਹਿਬ ਆਏ ਨੇ, ਬਿਆਨ ਸਾਹਿਬ ਨੂੰ ਅਸੀਂ ਬੁਲਾਇਆ, ਬਿਆਨ ਸਾਹਿਬ ਆਪ ਆਏ ਨੇ ਸਾਡਾ ਦੁੱਖ ਦਰਦ ਵੇਖ ਕੇ, ਅਤੇ ਬਿਆਨ ਸਾਹਿਬ ਨੇ ਸਾਨੂੰ ਇਹ ਗੱਲ ਕਹੀ ਹੈ ਕਿ ਜਿਹੜੀਆਂ ਵੀ ਤੁਹਾਡੀਆਂ ਡਿਮਾਂਡਾਂ ਹੈਗੀਆਂ ਨੇ ਮੈਂ ਇਹ ਚੰਡੀਗੜ੍ਹ ਜਾ ਕੇ ਸਰਕਾਰ ਦੇ ਵਿੱਚ ਰੱਖਾਂਗਾ ਔਰ ਤੁਹਾਨੂੰ ਪੂਰਾ ਇਹਦਾ ਮੈਂ ਤੁਹਾਨੂੰ ਕੋਈ ਨਾ ਕੋਈ ਇਹਦਾ ਹੱਕ ਲੈ ਕੇ ਦਿਵਾਵਾਂਗਾ ਉੱਥੋਂ। ਅਤੇ ਉਹਨਾਂ ਵਿਸ਼ਵਾਸ ਸਾਨੂੰ ਦਵਾਇਆ ਵੀ ਮੈਂ ਬਿਲਕੁਲ ਹੀ ਸਾਰੀਆਂ ਡਿਮਾਂਡਾਂ ਤੁਹਾਡੀਆਂ ਜਿਹੜੀਆਂ ਉੱਥੇ ਮੈਂ ਆਪਣੇ ਰੱਖਾਂਗਾ ਸਰਕਾਰ ਦੇ ਸਾਹਮਣੇ, ਭਾਵੇਂ ਮੈਨੂੰ ਇੱਕ ਦਿਨ ਪੂਰਾ ਤੁਹਾਡੇ ਹੀ ਗੰਨੇ ਦੇ ਬਕਾਏ 'ਤੇ ਕਿਉਂ ਨਾ ਬੋਲਣਾ ਪਵੇ, ਗੰਨੇ ਦੀ ਕੀਮਤ 'ਤੇ ਕਿਉਂ ਨਾ ਬੋਲਣਾ ਪਵੇ, ਵਿਆਜ 'ਤੇ ਕਿਉਂ ਨਾ ਬੋਲਣਾ। ਦੇਖੋ ਜੀ, ਸਾਰੀਆਂ ਜਥੇਬੰਦੀਆਂ ਕਿਸਾਨਾਂ ਦੇ ਹੱਕ 'ਚ ਲੜਾਈ ਲੜ ਰਹੀਆਂ ਨੇ, ਸਾਰੀਆਂ ਜਥੇਬੰਦੀਆਂ ਦੇ ਨਾਲ ਕਿਸਾਨ ਨੇ, ਉਹਨਾਂ ਨੇ ਆਪਣੇ ਢੰਗ ਨਾਲ ਉੱਥੇ ਲੜਾਈ ਲੜੀ ਹੈ। ਸਾਨੂੰ ਉਹਨਾਂ ਬਾਰੇ ਕੋਲ ਪਹਿਲਾਂ ਪਤਾ ਨਹੀਂ ਸੀ ਕਿ ਉਹਨਾਂ ਨੇ ਇਹ ਪ੍ਰੋਗਰਾਮ ਕਰਨਾ, ਅਸੀਂ ਉਹਨਾਂ ਤੋਂ ਪਹਿਲਾਂ ਪ੍ਰੋਗਰਾਮ ਸ਼ੂਗਰ ਮਿਲ ਪੰਜਾਬ ਦੇ ਵਿੱਚ ਰੱਖ ਚੁੱਕੇ ਸੀ, ਉਹਨਾਂ ਨੇ ਵੀ ਵਧੀਆ ਢੰਗ ਨਾਲ ਲੜਾਈ ਕਿਸਾਨਾਂ ਦੇ ਹੱਕ 'ਚ ਲੜ ਰਹੇ ਨੇ, ਔਰ ਜਿਹੜੇ ਇੱਥੇ ਲੜਾਈ ਲੜੀ ਜਾ ਰਹੀ ਹੈ ਇਹ ਵੀ ਗੰਨੇ ਦੀ ਪੇਮੈਂਟ 'ਤੇ ਕਿਸਾਨਾਂ ਦੀਆਂ ਫਸਲਾਂ 'ਤੇ ਲੜੀ ਜਾ ਰਹੀ ਹੈ, ਅਤੇ ਜ਼ਿਆਦਾ ਗੰਨੇ ਦਾ ਵਿਆਜ ਹੈ ਪੇਮੈਂਟਾਂ ਨੇ ਉਹਦੇ ਕਰਕੇ ਕਰ ਰਹੇ ਹਾਂ ਜੀ।